22 ਦੇ ਕਰੀਬ ਭਾਰਤੀ ਉਸ ਜਹਾਜ਼ ਦੇ ਵਿੱਚ ਸਵਾਰ ਸੀ ਤੇ ਬਾਲਟਿਮੋਰ ਦੇ ਕੋਲੋਂ ਜਦੋਂ ਉਹ ਜਹਾਜ਼ ਲੰਘ ਰਿਹਾ ਸੀ ਤਾਂ ਉੱਥੇ ਇੱਕ ਬ੍ਰਿਜ ਦੇ ਨਾਲ ਟਕਰਾਂਦਾ ਉਹਦੇ ਜਿਹੜਾ ਕੈਪਟਨ ਸੀਗਾ ਨੇਰੇ ਦੇ ਵਿੱਚ ਵੀ ਵਿਚਾਰਾ ਸ਼ਾਊਟ ਕਰ ਰਿਹਾ ਸੀਗਾ ਕਿ ਛੇਤੀ ਇਹਦੀ ਡਾਇਰੈਕਸ਼ਨ ਚੇਂਜ ਕਰੋ ਕਿਉਂਕਿ ਇੰਜਣ ਦੀ ਜਦੋਂ ਪਾਵਰ ਚਲੀ ਗਈ ਉਹਦੇ ਇਲੈਕਟ੍ਰੋਨਿਕਸ ਫੇਲ ਹੋ ਗਏ ਉਹਦੇ ਇਨਸਟਰੂਮੈਂਟਸ ਫੇਲ ਹੋ ਗਏ ਉਹਦੀ ਜਿਹੜੀ ਨੈਵੀਗੇਸ਼ਨ ਉਹਦੀ ਜਿਹੜੀ ਸਟੀering ਸੀਗੀ ਉਹ ਫੇਲ ਹੋ ਗਈ 1:00 ਵਜੇ 20 ਮਿੰਟ ਦੇ ਕਰੀਬ ਇਹਨੂੰ ਤਕਨੀਕੀ ਮੁਸ਼ਕਲਾਂ ਇਹਨਾਂ ਨੂੰ ਫੇਸ ਕਰਨੀਆਂ ਪਈਆਂ ਲੇਟੈਸਟ ਰਿਪੋਰਟ ਹੈ ਜੀ ਕਿ ਪੰਜ ਵਹੀਕਲ ਟੋਟਲ ਦਰਿਆ ਚ ਫਿਕੇ ਨੇ ਤੁਹਾਨੂੰ ਹੈਰਾਨੀ ਦੀ ਗੱਲ ਦੱਸਾਂ ਇਹ ਬ੍ਰਿਜ ਬਣਨ ਤੋਂ ਪਹਿਲਾਂ ਇੱਥੇ ਵੀ ਇਹਦੇ ਲਈ ਟਨਲ ਬਣਾਉਣ ਦੀ ਸੋਚਦੇ ਸੀਗੇ ਜੀ ਤੁਰੰਤ ਤੋਂ ਸਿਰਫ 470 ਮੀਲ ਲੰਬਾ ਫ੍ਰਾਂਸਿਸ ਸਕਾਟ ਕੀ ਉਹਨਾਂ ਨੇ ਯੂ ਐਸ ਏ ਦਾ ਨੈਸ਼ਨਲ ਐਂਥਮ ਸਟਾਰ ਸਪੈਂਗਲਡ ਬੈਨਰ ਉਹਨਾਂ ਦਾ ਲਿਖਿਆ ਹੋਇਆ ਇਹ ਉਹਨਾਂ ਦੀ ਯਾਦ ਚ ਉਹਨਾਂ ਦਾ ਮੈਮੋਰੀਅਲ ਬ੍ਰਿਜ ਸੀਗਾ ਪ੍ਰਾਈਮੇਰੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਅਚਾਨਕ ਇੱਕ ਸਮੁੰਦਰੀ ਜਹਾਜ਼ ਬਾਲਟਿਮੋਰ ਮੇਰੀਲੈਂਡ ਸਟੇਟ ਅਮਰੀਕਾ ਦੇ ਵਿੱਚ ਹੈ ਉੱਥੋਂ ਦੇ ਇੱਕ ਬ੍ਰਿਜ ਨਾਲ ਟਕਰਾਂਦਾ ਹੈ ਤੇ ਉਸ ਤੋਂ ਬਾਅਦ ਉਹ ਬ੍ਰਿਜ ਜਿਹੜਾ ਉਹ ਅੱਖ ਝਪਕਦੇ ਹੀ ਪਾਣੀ ਦੇ ਵਿੱਚ ਆ ਕੇ ਡਰ ਜਾਂਦਾ ਹੈ ਇਹ ਅਚਾਨਕ ਕਿਵੇਂ ਵਾਪਰ ਗਿਆ ਇਸ ਦੇ ਪਿੱਛੇ ਦੀ ਸਚਾਈ ਕੀ ਹੈ ਇਹ ਵੀ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਤੋਂ ਬਿਨਾ ਉਸ ਸਮੁੰਦਰੀ ਜਹਾਜ਼ ਦੇ ਵਿੱਚ 22 ਦੇ ਕਰੀਬ ਭਾਰਤੀ ਮੂਲ ਦੇ ਨਾਗਰਿਕ ਸਵਾਰ ਸੀਗੇ ਉਹਨਾਂ ਦਾ ਕੀ ਬਣਿਆ ਹੋਰ ਕਿੰਨਾ ਨੁਕਸਾਨ ਉੱਥੇ ਹੋਇਆ ਕਦੋਂ ਤੱਕ ਉੱਥੇ ਦੀ ਜਿਹੜੀ ਜ਼ਿੰਦਗੀ ਹੈ ਉਹ ਲੀਤੇ ਪੈ ਸਕਦੀ ਹੈ ਉੱਥੇ ਐਮਰਜੈਂਸੀ ਕਿਉਂ ਲਗਾਉਣੀ ਪੈਗੀ ਹੈ ਤੇ ਸਭ ਤੋਂ ਵੱਡਾ ਤੇ ਅਹਿਮ ਸਵਾਲ ਕਿ ਇਸ ਤੋਂ ਪਹਿਲਾਂ ਵੀ ਇਤਿਹਾਸ ਦੇ ਵਿੱਚ ਕਦੇ ਇਹੋ ਜਿਹੇ ਹਾਦਸੇ ਵਾਪਰੇ ਨੇ ਉਸ ਬ੍ਰਿਜ ਦਾ ਕੀ ਇਤਿਹਾਸ ਹੈ ਜਿਹੜੀ ਉਹ ਸਮੁੰਦਰੀ ਜਹਾਜ਼ ਸੀਗੀ ਉਹਦਾ ਕੀ ਇਤਿਹਾਸ ਹੈ ਉਹ ਸ਼ਿਪ ਦਾ ਕੀ ਇਤਿਹਾਸ ਹੈ ਇਸ ਤੋਂ ਬਿਨਾ ਆਪਣੇ ਆਪ ਦੇ ਵਿੱਚ ਜਿਹੜਾ ਬਾਲਟੀਮੋਰ ਦਾ ਇਹ ਇਲਾਕਾ ਇਸ ਦਾ ਕੀ ਇਤਿਹਾਸ ਹੈ ਇਹ ਵੀ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮਨਮੋਹਨ ਸਿੰਘ ਗਰੇਵਾਲ ਸਾਹਿਬ ਸਾਡੇ ਨਾਲ ਜੁੜਨਗੇ ਗਰੇਵਾਲ ਸਾਹਿਬ ਪਿਛਲੇ 4 ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਰਹਿੰਦੇ ਨੇ ਉੱਥੋਂ ਦੀ ਭੂਗੋਲਿਕ ਸਥਿਤੀ ਨੂੰ ਸਿਆਸਤ ਨੂੰ ਸਮਾਜ ਨੂੰ ਸੱਭਿਆਚਾਰ ਨੂੰ ਬਿਹਤਰ ਤਰੀਕੇ ਨਾਲ ਜਾਣਦੇ ਨੇ ਅਕਸਰ ਉਹ ਟਿੱਪਣੀ ਕਰਦੇ ਨੇ ਪ੍ਰਾਈਮੇਰੀ ਸ਼ਾ ਟੀਵੀ ਤੇ ਉੱਤੇ ਉਸੀ ਉਹਨਾਂ ਨੂੰ ਅਕਸਰ ਸੁਣਦੇ ਹਾਂ ਤੇ ਅੱਜ ਵੀ ਉਹ ਸਾਡੇ ਨਾਲ ਨੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਗਰੇਵਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਨੰਦਪ੍ਰੀਤ ਵੀਰ ਜੀ ਸਤਿ ਸ਼੍ਰੀ ਅਕਾਲ ਦੇਖਣ ਵਾਲੇ ਪੈਣਾ ਪਰਵਾਂ ਨੂੰ ਦੂਰ ਦੂਰੋਂ ਬੈਠੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ ਪਹਿਲੀ ਨਜ਼ਰੇ ਜਦੋਂ ਅਸੀਂ ਇਹਨੂੰ ਦੇਖਦੇ ਹਾਂ ਕਿਉਂਕਿ ਜਿਹੜੇ ਸਾਡੇ ਬਾਰਤੀ ਨੇ ਉਹਨਾਂ ਵਾਸਤੇ ਜਦੋਂ ਕੋਈ ਵਿਦੇਸ਼ ਤੋਂ ਕੋਈ ਖਬਰ ਆਂਦੀ ਹੈ ਤਾਂ ਉਹ ਉਸ ਦੇ ਵਿੱਚੋਂ ਕੋਈ ਆਪਣਾ ਜਿਹੜਾ ਸਬੰਧ ਉਹ ਜੋੜਨ ਦੀ ਕੋਸ਼ਿਸ਼ ਕਰਦੇ ਨੇ ਆ ਉਸ ਨੂੰ ਆਪਣੇ ਨਾਲ ਜਾਂ ਆਪਣੇ ਕਿਸੇ ਕਰੀਬੀਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਇੱਥੇ ਵੀ ਇਹੀ ਹੋਇਆ ਕਿ 22 ਦੇ ਕਰੀਬ ਭਾਰਤੀ ਉਸ ਜਹਾਜ਼ ਦੇ ਵਿੱਚ ਸਵਾਰ ਸੀ ਤੇ ਬਾਲਟਿਮੋਰ ਦੇ ਕੋਲੋਂ ਜਦੋਂ ਉਹ ਜਹਾਜ਼ ਲੰਘ ਰਿਹਾ ਸੀ ਤਾਂ ਉੱਥੇ ਇੱਕ ਬ੍ਰਿਜ ਦੇ ਨਾਲ ਟਕਰਾਂਦਾ ਇਹ ਪੂਰੀ ਘਟਨਾ ਕਿਵੇਂ ਵਾਪਰਦੀ ਹੈ ਕੀ ਉਹ ਸਮਾਂ ਸੀ ਕੀ ਉਹ ਸਥਾਨ ਸੀ ਕਦੋਂ ਕਿਵੇਂ ਕਿੱਥੇ ਇਹ ਵਾਪਰਦਾ ਇਹਦੇ ਬਾਰੇ ਥੋੜਾ ਸਾਂਝ ਪਾਓ ਜੀ ਤੇ ਇਸ ਵੇਲੇ ਦੀ ਸਥਿਤੀ ਕੀ ਹੈ ਬਾਲਟਿਮੋਰ ਮੇਰੀਲੈਂਡ ਦੇ ਵਿੱਚ ਈਸਟਰਨ ਅਮਰੀਕਾ ਦੇ ਵਿੱਚ ਆਉਂਦਾ ਜੀ ਜੀ ਅਮ ਡਿਸਟੈਂਸ ਵਾਈਜ਼ ਜੇ ਤੁਸੀਂ ਚੈੱਕ ਕਰਨਾ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਵਾਸ਼ਿੰਗਟਨ ਡੀਸੀ ਤੋਂ ਤਕਰੀਬਨ ਆਸਟਨ 50 ਕਿਲ ਮੀਲ ਦੀ ਦੂਰੀ ਤੇ ਹੈ ਜਿਹੜੀ ਪੋਰਟ ਸੀਗੀ ਜਿੱਥੇ ਇਹ ਸ਼ਿਪ ਜਿੱਥੇ ਹਾਲੇ ਚੱਲਿਆ ਸੀਗਾ ਜੀ ਉਹ ਪੋਰਟ ਬਾਲਟਿਮੋਰ ਸ਼ਹਿਰ ਚ ਤੇ ਵਾਈਟ ਹਾਊਸ ਤੋਂ ਇਹ 55 ਮੀਲ ਦੂਰ ਹੈ ਜੀ ਜੀ ਨਿਊਯਾਰਕ ਤੋਂ ਇਹ ਜਿੱਥੇ ਐਕਸੀਡੈਂਟ ਹੋਇਆ ਉਹ 195 ਮੀਲ ਦੂਰ ਜਿੱਥੋਂ ਵੋਲਟ ਰੇਡ ਸੈਂਟਰ ਕਹ ਲੋ ਉਹਦੇ ਤੋਂ ਦੂਰੀ ਜਿਹੜੀ ਮੈਂ ਕੱਢੀ ਆ ਜੀ ਫਿਰ ਜਿਹੜੇ ਬਾਕੀ ਦੇ ਮਸ਼ਹੂਰ ਸ਼ਹਿਰ ਨੇ ਅਮਰੀਕਾ ਦੇ ਇਹ ਕਹ ਲੋ ਕਿ ਲਾਸ ਵੇਗਸ ਤੋਂ ਇਹ 2423 ਮੀਲ ਦੂਰ ਸਿਆਟਲ ਤੋਂ 2777 ਮੀਲ ਦੂਰ ਤੇ ਹਾਲੀਵੁੱਡ ਤੋਂ ਕੈਲੀਫੋਰਨੀਆ ਤੋਂ 2665 ਮੀਲ ਦੂਰ ਜੀ ਸੋ ਇਥੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਹਦੀ ਲੋਕੇਸ਼ਨ ਕਿੱਥੇ ਕ ਟੋਰਾਂਟੋ ਤੋਂ ਸਿਰਫ ਇਹ 470 ਮੀਲ ਦੂਰ ਜੀ ਸੋ ਈਸਟਰਨ ਜਿਹੜੀਆਂ ਸਟੇਟਸ ਨੇ ਛੋਟੀਆਂ-ਛੋਟੀਆਂ ਉਥੇ ਬਾਲਟਿਮੋਰ ਦੀ ਜਿਹੜੀ ਪੋਰਟ ਉਹ ਬੜੀ ਵੱਡੀ ਪੋਰਟ ਸੋ ਇਹ ਸ਼ਿਪ ਉਥੋਂ ਹਲੇ ਚੱਲੇ ਨੂੰ ਥੋੜਾ ਹੀ ਚਿਰ ਹੋਇਆ ਸੀਗਾ ਜਦੋਂ ਇਹ ਐਕਸੀਡੈਂਟ ਹੋਇਆ ਜੀ ਅੱਜ ਸਾਡੇ ਕੋਲੇ ਅ ਇਹ ਕਹਿ ਲੋ ਕਿ ਬੋਧਵਾਰ ਦੀ ਸਵੇਰ ਹੋ ਗਈ ਜੀ ਪਰ ਮੰਗਲਵਾਰ ਦੀ ਸਹਜਰੇ ਸਵੇਰੇ ਇਹ ਸਵੇਰ ਦੇ 12:32 ਵਜੇ ਤੋਂ ਵੀ 6 ਮਿੰਟ ਪਹਿਲਾਂ ਸੋ 12:24 ਮਿੰਟ ਸਵੇਰ ਦੇ ਇਹ ਚੱਲਿਆ ਪੋਰਟ ਤੋਂ ਤੇ ਜਦੋਂ ਇਹ ਚੱਲਿਆ ਤਾਂ ਡਾਲੀ ਨਾਮ ਦਾ ਜਿਹੜਾ ਸਮੁੰਦਰੀ ਜਹਾਜ਼ ਸੀਗਾ ਇਹਨੂੰ ਕਾਰਗੋ ਸ਼ਿਪ ਕਹਿੰਦੇ ਆ ਇਹਦੇ ਤੇ 22 ਭਾਰਤੀ ਮੂਲ ਦੇ ਕਰੂ ਮੈਂਬਰ ਸੀਗੇ ਇਹਦੇ ਜੀ ਤੇ ਦੋ ਲੋਕਲ ਪਾਇਲਟ ਸੀਗੇ ਉਹ ਜਿਹੜੇ ਦੋ ਪਾਇਲਟ ਸੀਗੇ ਜੀ ਉਹ ਲੋਕਲ ਸੀਗੇ ਬਾਲਟਿਮੋਰ ਦੇ ਇੰਟਰਨੈਸ਼ਨਲੀ ਇਹ ਹੁੰਦਾ ਕਿ ਜਦੋਂ ਤੁਸੀਂ ਕਿਸੇ ਵੀ ਸ਼ਿਪ ਨੂੰ ਕਿਸੇ ਪੋਰਟ ਤੇ ਲੈ ਕੇ ਆਉਨੇ ਹੋ ਤਾਂ ਲੋਕਲ ਪਾਇਲਟ ਹੀ ਉੱਥੇ ਹਾਇਰ ਕੀਤੇ ਜਾਂਦੇ ਨੇ ਜੀ ਉਹ ਕੁਸ਼ਮੀਲ ਪਹਿਲਾਂ ਹੀ ਜਾ ਕੇ ਸ਼ਿਪ ਨੂੰ ਰੀਸੀਵ ਕਰ ਲੈਂਦੇ ਨੇ ਕੁਸ਼ਮੀਲ ਫਿਰ ਛੱਡਣ ਜਾਂਦੇ ਨੇ ਉੱਥੋਂ ਫਿਰ ਉਹ ਆਪਦਾ ਵਾਪਸ ਮੁੜੇ ਆਉਂਦੇ ਨੇ ਇਹ 1640 ਸਨ ਤੋਂ ਲੈ ਕੇ ਇਹ ਰੂਲ ਚੱਲਦਾ ਜੀ ਸੋ ਇਹ ਜਦੋਂ ਸ਼ਿਪ ਚੱਲਿਆ ਤਾਂ 1 ਵਜ ਗਏ 20 ਮਿੰਟ ਦੇ ਕਰੀਬ ਇਹਨੂੰ ਤਕਨੀਕੀ ਮੁਸ਼ਕਲਾਂ ਸਾਹਮਣੇ ਆਉਣੀਆਂ ਆਗੀਆਂ ਇਹਦੇ ਇਹਨਾਂ ਨੂੰ ਫੇਸ ਕਰਨੀਆਂ ਪਈਆਂ ਪਹਿਲਾਂ ਲਾਈਟ ਜਗੀ 부ਜੀ ਅੱਛਾ ਜੀ ਹੁਣ ਇਹ ਦੇਖੋ ਕਿ 5 6 ਮੰਜ਼ਲ ਦੇ ਜਹਾਜ਼ ਦੇ ਵਿੱਚ 22 ਮੈਂਬਰ ਅਲੱਗ-ਅਲੱਗ ਥਾਵਾਂ ਤੇ ਹੋਣਗੇ ਜਦੋਂ ਬਿਜਲੀ ਚਲੀ ਗਈ ਤਾਂ ਕੰਪਲੀਟ ਹਨੇਰਾ ਹੋ ਗਿਆ ਕਿਉਂਕਿ ਉਹਦਾ ਇੰਜਨ ਫੇਲ ਇੰਜਨ ਫੇਲਰ ਵਲ ਨੂੰ ਆ ਜਾਂਦਾ ਕਿ ਉਹਦਾ ਇੰਜਨ ਫੇਲ ਹੋ ਗਿਆ ਸੀਗਾ 1 ਮਿੰਟ ਡੇਢ ਮਿੰਟ ਬਾਅਦ ਦੁਬਾਰਾ ਫੇਰ ਲਾਈਟ ਔਨ ਹੋਈਆਂ ਪਰ ਫੇਰ ਫੇਰ ਚਲੀਆਂ ਗਈਆਂ ਫੇਰ ਇੰਜਨ ਚੋਂ ਧੂਆ ਨਿਕਲਿਆ ਇੰਨੇ ਚਿਰ ਨੂੰ ਕਿਉਂਕਿ ਇੰਜਨ ਦੀ ਜਦੋਂ ਪਾਵਰ ਚਲੀ ਗਈ ਉਹਦੇ ਇਲੈਕਟ੍ਰੋਨਿਕਸ ਫੇਲ ਹੋ ਗਏ ਉਹਦੇ ਇਨਸਟਰੂਮੈਂਟਸ ਫੇਲ ਹੋ ਗਏ ਉਹਦੀ ਜਿਹੜੀ ਨੈਵੀਗੇਸ਼ਨ ਉਹਦੀ ਜਿਹੜੀ ਸਟੀering ਸੀਗੀ ਉਹ ਫੇਲ ਹੋ ਗਈ ਫੇਰ ਉਹ ਆਪਦੇ ਵਹਾ ਨਾਲ ਕਿਉਂਕਿ 8 ਤੋਂ 9 ਮੀਲ ਪਰ आवर ਦੀ ਸਪੀਡ ਤੇ ਉਹ ਚੱਲ ਰਿਹਾ ਸੀਗਾ ਜੀ ਜੀ ਉਹਦੀ ਦਿਸ਼ਾ ਕਲੌਕਵਾਇਜ਼ ਘੁੰਮਣਾ ਸ਼ੁਰੂ ਹੋ ਗਿਆ ਉਹ ਉਹਦੀ ਦਿਸ਼ਾ ਆਪਣੇ ਆਪ ਬਦਲ ਗਈ ਕਿਉਂਕਿ ਉਹਦੇ ਤੇ ਕੰਟਰੋਲ ਤਾਂ ਕੋਈ ਨਹੀਂ ਸੀਗਾ ਉਹਦੇ ਜਿਹੜਾ ਕੈਪਟਨ ਸੀਗਾ ਨੇਰੇ ਦੇ ਵਿੱਚ ਵੀ ਵਿਚਾਰਾ ਸ਼ਾਊਟ ਕਰ ਲਿਆ ਸੀਗਾ ਕਿ ਛੇਤੀ ਇਹਦੀ ਡਾਇਰੈਕਸ਼ਨ ਚੇਂਜ ਕਰੋ ਤੇ ਜਿਹੜੇ ਇਹਦੇ ਪਿੱਛੇ-ਪਿੱਛੇ ਐਂਕਰ ਲੱਗੇ ਹੁੰਦੇ ਨੇ ਵੱਡੇ-ਵੱਡੇ ਵੇਟ ਦੇ ਆਪਾਂ ਦੇਖਦੇ ਆ ਜਿਹੜੇ ਔਂਕੜ ਦੀ ਸ਼ੇਪ ਦੇ ਲੋਹੇ ਦੇ ਭਾਰੇ-ਭਾਰੇ ਹੁੰਦੇ ਨੇ ਉਹਨਾਂ ਨੂੰ ਫਟਾਫਟ ਦਰਿਆ 'ਚ ਸਿੱਟੋ ਤਾਂ ਕਿ ਇਹਦਾ ਵਹਾਰ ਰੋਕਿਆ ਜਾ ਸਕੇ ਜਾਂ ਇਹਨੂੰ ਠੱਲ ਪਾਈ ਜਾ ਸਕੇ ਪਰ ਕਿਉਂਕਿ ਸਾਰੇ ਕੰਟਰੋਲ ਫੇਲ ਹੋਏ ਸੀ ਤੇ ਹਨੇਰਾ ਹੋਇਆ ਸੀ ਜੀ ਅਚਾਨਕ ਬਸ ਉਸ ਤੋਂ ਬਾਅਦ ਇਨੀ ਜ਼ਰੂਰ ਫੁਰੀ ਜਿਹੜੇ ਕਰੂ ਦੇ ਮੈਂਬਰ ਸੀਗੇ ਤੇ ਪਾਇਲਟ ਉਹਨਾਂ ਨੇ ਮੇਡੇ ਮੇਡੇ ਫਟਾਫਟ ਅਲਾਰਮ ਬਜਾਤੇ ਉਹਦਾ ਜਿਹੜਾ ਸਟੈਂਡ ਬਾਈ ਜਨਰੇਟਰ ਸੀਗਾ ਐਮਰਜੈਂਸੀ ਜਨਰੇਟਰ ਉਹਨੂੰ ਔਨ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਹੁਤ ਲੇਟ ਹੋ ਚੁੱਕਿਆ ਸੀਗਾ ਹਾਰਨ ਜ਼ਰੂਰ ਵੱਜ ਗਏ ਮੇਡੇ ਜ਼ਰੂਰ ਰਜਿਸਟਰ ਹੋ ਗਈ ਤੇ ਉਹ ਮੇਡੇ ਦੇ ਕਰਕੇ ਜਿਹੜਾ ਬਾਹਰ ਨੇੜੇ ਪੋਲ ਤੋਂ ਪਹੁੰਚਣ ਤੋਂ 3 ਮਿੰਟ ਪਹਿਲਾਂ ਤਕਰੀਬਨ ਅਸਲੀ ਡਾਟਾ ਮੈਰੀਟਾਈਮ ਦਾ ਮੂਰੇ ਆਊਗਾ ਜੀ ਉਦੋਂ ਪਤਾ ਲੱਗੂਗਾ ਕਿ ਕਿੰਨੇ ਵਜੇ ਕਿੰਨੇ ਮਿੰਟ ਸਕਿੰਟ ਤੇ ਕੀ ਕੁਝ ਹੋਇਆ ਉਹਦੀ ਡਿਟੇਲ ਬਾਕੀ ਹੈ ਸੋ ਉਸ 2-3 ਮਿੰਟ ਚ ਉਹਨਾਂ ਨੇ ਬਾਹਰਲੀ ਟ੍ਰੈਫਿਕ ਰੋਕਤੀ ਪਰ ਕਿਉਂਕਿ ਸ਼ਿਪ ਟੋਟਲੀ ਦਿਸ਼ਾ ਚੇਂਜ ਕਰ ਚੁੱਕਿਆ ਸੀਗਾ ਉਹ ਆਕੇ ਟਕਰਾ ਗਿਆ ਇੱਥੇ ਗਰੇਵਾਲ ਸਾਹਿਬ ਇੱਕ ਸਵਾਲ ਖੜਾ ਹੁੰਦਾ ਕਿ ਜਿਹੜਾ ਇਹ ਬ੍ਰਿਜ ਹੈਗਾ ਇਹ 1977 ਦੇ ਵਿੱਚ ਜਿੰਨੀ ਕੁ ਮੇਰੀ ਜਾਣਕਾਰੀ ਹੈ ਇਹ 1977 ਦੇ ਕਰੀਬ ਇਹ ਓਪਨ ਹੁੰਦਾ ਤੇ ਫਰਾਂਸਿਸ ਕੋਰਟ ਕੀ ਸ਼ਾਇਦ ਇਸਦਾ ਨਾਮ ਹੈ ਜਿਹੜਾ ਇਹ ਬ੍ਰਿਜ ਹੈਗਾ ਤਾਂ ਇਸ ਬ੍ਰਿਜ ਦੇ ਹੇਠਾਂ ਵੀ ਕੀ ਅੱਗੇ ਰੋਜ਼ਾਨਾ ਜਹਾਜ਼ ਲੰਘਦੇ ਸੀ ਤਾਂ ਇਹ ਜਿਹੜਾ ਉਹ ਬ੍ਰਿਜ ਦਾ ਜਿਹੜਾ ਇੱਕ ਪਾਸੇ ਕਿਨਾਰਾ ਸੀਗਾ ਉਹਦੇ ਨਾਲ ਟਕਰਾ ਗਿਆ ਜਾਂ ਫਿਰ ਉੱਥੇ ਇਹ ਜਹਾਜ਼ ਦਾ ਜਿਹੜਾ ਵਹਾ ਇਹ ਪਾਣੀ ਦੇ ਵਹਾ ਕਰਕੇ ਉਲਟ ਦਿਸ਼ਾ ਵੱਲ ਨੂੰ ਹੋ ਗਿਆ ਇਹ ਥੋੜਾ ਜਿਹਾ ਇੱਥੇ ਕਲੀਅਰ ਕਰਦੇ ਚੱਲੋ ਤਾਂ ਬੜਾ ਵਧੀਆ ਹੋ ਜਾਏਗਾ ਜੀ ਤੇ ਪਾਣੀ ਦੇ ਵਹਾ ਦਾ ਨਹੀਂ ਜੀ ਰੋਲ ਕਿਉਂਕਿ ਇਹ 200000 2 ਲੱਖ ਟਨ ਦਾ ਭਾਰਾ ਜਹਾਜ਼ ਇਹਦਾ ਡਰਾਈ ਵੇਟ 183000 ਟਨ ਦੇ ਕਰੀਬ ਇਹਨਾਂ ਭਾਰਾ ਜਹਾਜ਼ ਜਦੋਂ ਸਾਰਾ ਕੁਛ ਉਹਦਾ ਫੇਲ ਹੋ ਗਿਆ ਤਾਂ ਉਹ ਆਪਣੇ ਆਪ ਚ ਆਪਦਾ ਹੀ ਮੋਮੈਂਟਮ ਤੇ ਆ ਆਊਟ ਆਫ ਕੰਟਰੋਲ ਹੋ ਗਿਆ ਕਹਿ ਲਓ ਸੋ ਆਊਟ ਆਫ ਕੰਟਰੋਲ ਹੋਏ ਹੋਏ ਨੇ ਉਹਨੂੰ ਜਦੋਂ ਹੋਰ ਕੋਈ ਉਹਦੇ ਕਿਉਂਕਿ ਸ਼ਿਪ ਨੇ ਜਿਹੜਾ ਬਾਡੀ ਮਾਸ ਆ ਉਹਦਾ ਉਹਨੂੰ ਉਸ ਡਾਇਰੈਕਸ਼ਨ ਚ ਲੈ ਗਿਆ ਜਿੱਧਰ ਨੂੰ ਉਹਦਾ ਬ੍ਰਿਜ ਦਾ ਕਾਲਮ ਸੀਗਾ ਹੁਣ ਇਹ ਦੇਖੋ ਕਿ ਸ਼ਿਪ ਉਥੋਂ ਹਰ ਰੋਜ਼ ਲੰਘਦੇ ਨੇ ਉਹਦੇ ਜਿਹੜੇ ਸੈਂਟਰ ਦੇ ਦੋ ਕਾਲਮ ਨੇ ਉਹਨਾਂ ਚ 1200 ਫੁੱਟ ਦੀ ਦੂਰੀ ਹੈ ਉਹਨਾਂ ਵੀ ਕਲੀਅਰੈਂਸ ਵੀ 185 ਫੁੱਟ ਦੇ ਕਰੀਬ ਤੇ ਇਹ ਸ਼ਿਪ ਮਸਾਂ 25 ਕਿਲੋਮੀਟਰ ਦੇ ਕਰੀਬ ਉੱਚਾ ਸੀਗਾ ਕਹਿ ਲਓ 75 ਜਾਂ 80 ਫੁੱਟ ਦਾ ਹੋਣਾ ਚਾਹੀਦਾ ਸੋ ਇਹਨੂੰ ਕਲੀਅਰੈਂਸ ਬਹੁਤ ਸੀਗੀ ਪਰ ਕਿਉਂਕਿ ਇਹ ਕਾਲਮ ਤੇ ਟਕਰਾ ਗਿਆ ਉਹ 20-25 ਸੈਕਿੰਡ ਚ ਕੁਲ ਉਹ ਪਹਿਲਾਂ ਉਹ ਕਾਲਮ ਡਿਗਿਆ ਉਹਦੇ ਨਾਲ ਦੇ ਕਾਲਮ ਡਿਗੇ ਉਹ ਸਾਰੇ ਕਾਲਮਸ ਤੋਂ ਸਾਰੇ ਦਾ ਸਾਰਾ ਬ੍ਰਿਜ ਉਸ ਪਾਸੇ ਦਾ ਤਕਰੀਬਨ ਕੰਡੇ ਤੱਕ ਉਹ ਸਾਰਾ ਡਿਗ ਪਿਆ ਉਸ ਉਹਦੇ ਉੱਪਰ 8 ਵਰਕਰ ਕੰਮ ਕਰ ਰਹੇ ਸੀਗੇ ਪਰ ਉਹ 8 ਵਰਕਰ ਜਿਹੜੇ ਸੀਗੇ ਉਹ ਬ੍ਰਿਜ ਦੀ ਰਿਪੇਅਰ ਚ ਲੱਗੇ ਹੋਏ ਸੀ ਉਹਦੇ ਤੇ ਨਿੱਕੇ ਮੋਟੇ ਟੋਏ ਵਗੈਰਾ ਸੀ ਬ੍ਰਿਜ ਅਪ ਟੂ ਕੋਡ ਸੀਗਾ ਇਹ 1972 ਮਾਰਚ ਨੂੰ ਖੁੱਲਿਆ ਸੀ ਜੀ ਇਹਨੂੰ 5 ਸਾਲ ਲੱਗੇ ਸੀ ਬਣਨ ਚ ਅੰਦਾਜ਼ਾ ਇਹ ਹੈ ਕਿ ਇਹਦੇ ਤੇ 100 ਮਿਲੀਅਨ ਡਾਲਰ ਖਰਚ ਆਏ ਸੀਗੇ ਬ੍ਰਿਜ ਸੇਫ ਸੀਗਾ ਦਰ ਵੈਸੇ ਗਰੇਵਲ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਇਹ ਸ਼ਿਪ ਸੀਗਾ ਇਹ ਸ਼ਿਪ ਦੇ ਵਿੱਚ ਕੀ ਜਿਹੜਾ ਰੋਜ਼ਾਨਾ ਤੁਸੀਂ ਦੱਸ ਰਹੇ ਸੀ ਕਿ ਸ਼ਿਪ ਉੱਥੇ ਅੱਗੇ ਉਹ ਵੀ ਲੰਘਦੇ ਸੀਗੇ ਤਾਂ ਇਹ ਸ਼ਿਪ ਬਾਰੇ ਦੱਸੋ ਕਿ ਇਹ ਸ਼ਿਪ ਨੂੰ ਸ਼ਿਪ ਦੀ ਵੀ ਜਾਂਚ ਪੜਤਾਲ ਹੁੰਦੀ ਹੈ ਉੱਥੇ ਤੇ ਕੀ ਇਹ ਚ ਸ਼ਿਪ ਜਿਹੜੇ ਉੱਥੇ ਦੇ ਇੱਕ ਪੈਮਾਨੇ ਨੇ ਸਮੁੰਦਰ ਦੇ ਵਿੱਚ ਟਰੈਵਲ ਕਰਨ ਦੇ ਕੀ ਉਹਨਾਂ ਤੇ ਇਹ ਖਰਾ ਉਤਰਦਾ ਸੀ ਜਾਂ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਹੁਣ ਤੱਕ ਪਤਾ ਲੱਗੀ ਹੈ ਜੀ ਹਾਂ ਜੀ ਇਹ ਡਾਲੀ ਨਾਮ ਸੀ ਇਹਦ ਸਿੰਗਾਪੁਰ ਰਜਿਸਟਰਡ ਸੀਗਾ ਇਹਦੀ 2015 ਚ ਬਣਿਆ ਸੀਗਾ ਤੇ ਅੱਜ ਤੱਕ ਇਹਦੇ ਤੇ 1,85,000 ਦੇ ਕਰੀਬ ਨੌਟਿਕਲ ਮਾਈਲਜ਼ ਇਹਦੇ ਤੇ ਹੋ ਚੁੱਕੇ ਨੇ ਜੀ ਇਹ 200 ਅਮ ਅਮ ਇਹਦੀ 300 ਮੀਟਰ ਦੀ ਲੰਬਾਈ ਜਿਹੜੀ ਕਿ 900 ਕੁਛ ਫੁੱਟ ਬਣਦੀ ਹੈ ਤੇ ਇਹ ਸ਼ਿਪ ਮਿਰਸਿਕ ਲਾਈਨ ਦਾ ਸੀਗਾ M A E R S K ਸੋ so, ਹਿਉਂਡਾਈ ਕੋਰੀਅਨ ਸਾਊਥ ਕੋਰੀਅਨ ਕੰਪਨੀਆਂ ਜੀ ਹੈਵੀ ਅਮ ਸ਼ਿਪਸ ਵਗੈਰਾ ਬਣਾਉਂਦੀ ਹੈ ਉਹਨਾਂ ਦਾ ਬਣਾਇਆ ਹੋਇਆ ਸ਼ਿਪ ਇਹਦੇ ਨਾਲ ਦੇ 700 ਸ਼ਿਪ ਹੋਰ ਨੇ 500 ਹੋਰ ਪੋਰਟਾਂ 'ਚ ਜਾਂਦੇ ਨੇ 130 ਦੇਸ਼ਾਂ 'ਚ ਬਿਜ਼ਨਸ ਕਰਦੇ ਨੇ ਇਹ ਇਸ ਵੇਲੇ ਅ ਸਾਇਨਰਜੀ ਨਾਂ ਦੀ ਕੰਪਨੀ ਨੂੰ ਲੀਜ਼ ਕੀਤਾ ਹੋਇਆ ਸੀਗਾ ਮਿਰਸਿਕ ਨੇ ਸੋ ਸ਼ਿਪ ਦਾ ਨਾਰਮਲ ਸੀਗਾ ਇਸ ਸ਼ਿਪ ਦੀਆਂ ਰੈਗੂਲਰ ਇਨਸਪੈਕਸ਼ਨਾਂ ਹੋਈਆਂ ਜਦੋਂ ਪਹਿਲਾਂ ਤਾਂ ਉਹਨਾਂ ਚੋ 27 ਇਨਸਪੈਕਸ਼ਨਸ ਦੇ ਵਿੱਚੋਂ ਇਹਦੇ ਵਿੱਚੋਂ ਸਿਰਫ ਦੋ ਨੂੰ ਇੱਕ ਕਿਸਮ ਦੀ ਡੈਫੀਸ਼ੈਂਸੀ ਦਿਖਾਈ ਗਈ ਸੀ ਜਿਹਦੇ ਚ ਇਹਦੇ ਚ ਇੱਕ ਤੇ ਇਨਸਟਰੂਮੈਂਟਸ ਇਹਦੇ ਕੋਈ ਉਹਦੇ ਚ ਕੋਈ ਨੈਵੀਗੇਸ਼ਨ ਦੇ ਸੀਗੇ ਤੇ ਥਰਮੋਮੀਟਰ ਦੇ ਤੇ ਦੂਸਰਾ ਇਹਨੂੰ ਇੱਕ ਵਾਰੀ ਚਿਲੀ ਚ ਹੋਈ ਸੀ ਜੀ ਚਿਲੀ ਮੌਲਕ ਦਾ ਨਾਂ ਚਿਲੀ ਚ ਇਨਸਪੈਕਸ਼ਨ ਹੋਈ ਸੀ ਇਹਦੀ ਪਿਛਲੇ ਸਾਲ ਤੇ ਫਿਰ 9 ਸਤੰਬਰ 2023 ਨੂੰ ਯੂਐਸ ਕੋਸਟਲ ਗਾਰਡ ਨੇ ਵੀ ਇਹਦੀ ਅਚਾਨਕ ਇਹਨੂੰ ਬਾਹਰ ਕੱਢ ਕੇ ਇਹਦੀ ਇਨਸਪੈਕਸ਼ਨ ਕੀਤੀ ਰੈਂਡਮਲੀ ਉਦੋਂ ਵੀ ਇਹਦੀ ਇਨਸਪੈਕਸ਼ਨ 'ਚ ਕੋਈ ਪ੍ਰੋਬਲਮ ਨਹੀਂ ਆਈ ਪਰ ਇਹਨਾਂ ਜ਼ਰੂਰ ਹੈ ਜੀ 2116 'ਚ ਇਹ ਐਂਟਵਰਪ ਸ਼ੇਅਰ ਬੈਲਜੀਅਮ ਦੀ ਪੋਰਟ ਉੱਥੇ ਜ਼ਰੂਰ ਇਹਦਾ ਐਕਸੀਡੈਂਟ ਹੋਇਆ ਸੀਗਾ ਇਹ ਉੱਥੇ ਪੋਰਟ ਦੀ ਜਿਹੜੀਆਂ ਕੰਧਾਂ ਕਹਿ ਲਓ ਉਹਨਾਂ 'ਚ ਕਿਸੜਕੇ ਇਹਨੂੰ ਕੁਝ ਡੈਮੇਜ ਹੋਇਆ ਸੀਗਾ ਜਿਹਦੇ ਨਾਲ ਉਹਦਾ ਵਲਡ ਹੈਗਾ ਜੀ ਇਹਦੀ ਹੱਲ ਤੇ ਸਟਰਨ ETULL STERN ਜਹਾਜ਼ ਦੇ ਹਿੱਸੇ ਨੇ ਜਿੰਨਾਂ ਤੇ ਡੈਮੇਜ ਹੋਇਆ ਸੀਗਾ ਪਰ ਉਹ ਕੋਈ ਇੰਜਨ ਦਾ ਡੈਮੇਜ ਤੱਕ ਤਾਂ ਨਹੀਂ ਪਹੁੰਚਿਆ ਜਾ ਸਕਦਾ ਕਿਹਾ ਜਾ ਸਕਦਾ ਸੀ ਜੀ ਉਦੋਂ ਬਾਕੀ ਸਿੰਗਾਪੁਰ ਦੀ ਏਜੰਸੀ ਹੈ ਜੀ ਉਹ ਇਨਵੈਸਟੀਗੇਟ ਕਰ ਰਹੀ ਹੈ ਜੀ ਗਰੇਵਾਲ ਸਾਹਿਬ ਇੱਕ ਸਵਾਲੇ ਖੜਾ ਹੁੰਦਾ ਜਿੱਦਾਂ ਤੁਸੀਂ ਬ੍ਰਿਜ ਦਾ ਜ਼ਿਕਰ ਕਰ ਰਹੇ ਹੋ ਬ੍ਰਿਜ ਦੇ ਪਿੱਛੇ ਵੀ ਇੱਕ ਇਤਿਹਾਸ ਜੁੜਿਆ ਹੋਇਆ ਤੁਸੀਂ ਉਹ ਵੀ ਇਤਿਹਾਸ ਦੱਸੋ ਕਿ 브릿ਜ ਦੇ ਪਿੱਛੇ ਇਤਿਹਾਸ ਕੀ ਹੈ 브릿ਜ ਦਾ ਨਾਮ ਕਿਉਂ ਇਸ ਤਰ੍ਹਾਂ ਰੱਖਿਆ ਗਿਆ ਤੇ ਇਹ 브릿ਜ ਵੀ ਆਪਣੇ ਆਪ ਦੇ ਵਿੱਚ ਉੱਥੇ ਦੀ ਜਿਹੜੀ ਬਾਲਟਿਮੋਰ ਹੈ ਉੱਥੋਂ ਦੀ ਇੱਕ ਸੱਭਿਆਤਾ ਨੂੰ ਜਾਂ ਉੱਥੋਂ ਦੇ ਇਤਿਹਾਸ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ ਇਹਨੇ ਆਪਣੇ ਅੰਦਰ ਸਮੋ ਕੇ ਰੱਖਿਆ ਹੋਇਆ ਤਾਂ ਇਹ ਜਦੋਂ ਹਾਦਸਾ ਵਾਪਰਦਾ ਇਹ ਬਹੁਤ ਵੱਡਾ ਹਾਦਸਾ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਅਮਰੀਕਾ ਵਰਗਾ ਦੇਸ਼ ਜਿਹੜਾ ਇਸ ਵੇਲੇ ਵਿਕਸਿਤ ਮੁਲਕਾਂ ਦੇ ਵਿੱਚ ਆਉਂਦਾ ਤੇ ਪੂਰੀ ਦੁਨੀਆ ਨੂੰ ਇਸ ਵੇਲੇ ਡਿਕਟੇਟ ਕਰਦਾ ਤਾਂ ਉੱਥੇ ਇਹ ਜਿਹੜੇ ਸੈਟਅਪਸ ਨੇ ਕਿ ਇਸ ਨੂੰ ਆਪਾਂ ਇਸ ਤਰ੍ਹਾਂ ਵੀ ਮੰਨਿਆ ਜਾ ਸਕਦੇ ਹਾਂ ਕਿ ਕੋਈ ਇਹ ਕਿਸੇ ਪੱਖ ਤੋਂ ਕੋਈ ਕੁਤਾਹੀ ਹੋਈ ਹੈ ਜਾਂ ਫਿਰ ਕਿਉਂਕਿ ਉਹਨਾਂ ਨੇ ਤਾਂ ਤੁਸੀਂ ਕਹਿ ਰਹੇ ਹੋ ਕਿ ਐਸਓਐਸ ਯਾਨੀ ਕਿ ਜਿਹੜੇ ਜਹਾਜ਼ ਦੇ ਵਿੱਚ ਸਵਾਰ ਸਿਗੇ ਚਾਹੇ ਉਹ ਪਾਇਲਟ ਹੈ ਜਾਂ ਬਾਕੀ ਉੱਥੇ ਕਰੂ ਮੈਂਬਰ ਸਿਗੇ ਉਹਨਾਂ ਨੇ ਤਾਂ ਸੰਦੇਸ਼ ਭੇਜਿਆ ਕਿ ਸੰਦੇਸ਼ 'ਤੇ ਪਹੁੰਚਣ ਤੱਕ ਜਾਂ ਫਿਰ ਕੋਈ ਹੋਰ ਹੈਲਪ ਇਸ ਦੇ ਵਿੱਚ ਹੋ ਸਕਦੀ ਸੀ ਕਿ ਇਹ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ ਜਾਂ ਨਹੀਂ ਇਸ ਬਾਰੇ ਥੋੜਾ ਜਿਹਾ ਦੱਸਿਓ ਜੀ ਸਰਾਂ ਤੋਂ ਪਹਿਲਾਂ ਤੁਹਾਡਾ ਇਤਿਹਾਸ ਵਾਲਾ ਪੱਖ ਦੱਸਦਾ ਜੀ ਫਰਾਂਸਿਸ ਸਕਾਟ ਫਰਾਂਸਿਸ ਸਕਾਟ ਕੀ 19ਵੀਂ ਸਦੀ ਦੇ ਪੋਇਟ ਤੇ ਆਥਰ ਸੀਗੇ ਉਹਨਾਂ ਨੇ ਯੂ ਐਸ ਏ ਦਾ ਨੈਸ਼ਨਲ ਐਂਥਮ 스타 스ਪੈਂਗਲਡ ਬੈਨਰ ਉਹਨਾਂ ਦਾ ਲਿਖਿਆ ਹੋਇਆ ਇਹ ਉਹਨਾਂ ਦੀ ਯਾਦ ਚ ਉਹਨਾਂ ਦਾ ਮੈਮੋਰੀਅਲ ਬ੍ਰਿਜ ਸੀਗਾ ਇਨ ਫੈਕਟ ਉਹ ਇਹਦੇ ਤੋਂ 100 ਮੀਟਰ ਦੂਰੀ ਉਹਨਾਂ ਦੇ ਨੇੜੇ ਉੱਥੇ ਉਹਨਾਂ ਦੀ ਜਗ੍ਹਾ ਵੀ ਹੈ ਤੇ ਇਹ ਜਿਹੜੀ ਪੋਰਟ ਇਹਦਾ ਕੁਐਸਚਨ ਤੁਸੀਂ ਪੁੱਛਿਆ ਜੀ ਇਹ ਬੜੀ ਇੰਪੋਰਟੈਂਟ ਪੋਰਟ ਨਾਇਨਥ ਲਾਰਜੇਸਟ ਅਮਰੀਕਾ ਦੀ ਪੋਰਟ ਹੈ ਤੇ ਫਿਫਥ ਲਾਰਜੇਸਟ ਵੋਲਿਊਮ ਟ੍ਰੇਡ ਵੋਲਿਊਮ ਦੇ ਹਿਸਾਬ ਨਾਲ ਮੋਨਿਟਰੀ ਵੈਲਿਊ ਦੇ ਹਿਸਾਬ ਨਾਲ ਪੋਰਟ ਇਥੋਂ ਕੋਲਾ ਐਕਸਪੋਰਟ ਹੁੰਦਾ ਜੀ ਇਥੋਂ ਜਿਪਸਮ ਤੇ ਸాల్ਟ ਇੰਪੋਰਟ ਹੁੰਦੇ ਨੇ 슈ਗਰ ਇੰਪੋਰਟ ਹੁੰਦੀ ਹੈ ਇਥੋਂ ਪੇਪਰ ਐਕਸਪੋਰਟ ਹੁੰਦਾ ਇਹਦਾ ਬਿਜ਼ਨਸ ਇੰਟਰਨੈਸ਼ਨਲ ਬਹੁਤ ਕੋਲ ਦੀ ਇਹ ਨੰਬਰ 2 ਦੀ ਸੀਪੋਰਟ ਹੈ ਜੀ ਇਹ ਪੋਰਟ ਜਿਹੜੀ ਕੋਲ ਐਕਸਪੋਰਟ ਕਰਦੇ ਨੇ ਫਿਰ ਵੋਲਕਸਵੈਗਨ ਆਡੀ BMW ਤੇ ਲੈਂਬਰਗਿਨੀ ਤੇ ਇਵਨ ਹੋਰ ਕਈ ਕਾਰਾਂ ਦਾ ਇਹਦੇ ਆਲੇ ਦੁਆਲੇ ਪੋਰਟ ਦੇ ਇੱਕ 3300 ਏਕੜ ਦਾ ਸਪੌਟ ਹੈ ਜੀ ਜਿਹਦੇ ਚ ਫੈਡੈਕਸ ਐਮਾਜ਼ਾਨ ਅੰਡਰ ਆਰਮਰ ਇੱਕ ਬ੍ਰੈਂਡ ਨੇਮ ਆ ਕੱਪੜਿਆਂ ਦੀ ਤੇ ਯੂਪੀਐਸ ਇਨ ਸਾਰਿਆਂ ਦੇ ਵੱਡੇ ਵੱਡੇ ਵੇਅਰਹਾ우스 ਤੇ ਡਿਸਟ੍ਰਿਬਿਊਸ਼ਨ ਸੈਂਟਰ ਨੇ ਜੀ ਇਕਨੋਮਿਕ ਹੱਬ ਫਿਰ ਇਹਦੇ ਚ ਤਕਰੀਬਨ 9 ਲੱਖ ਦੇ ਕਰੀਬ ਪਿਛਲੇ ਸਾਲ 11 ਇمپੋਰਟ ਹੋਈਆਂ ਜੀ ਤੇ ਉਹਦੇ ਚ ਲਾਈਟ ਟਰੱਕ ਵੀ ਤੇ ਫਾਰਮ ਮਸ਼ੀਨਰੀ ਤੇ ਕੰਸਟ੍ਰਕਸ਼ਨ ਦੀ ਮਸ਼ੀਨਰੀ ਵੀ ਮੇਜਰ ਇمپੋਰਟ ਸੈਂਟਰ ਸੋ ਇਨ ਹਾਲਾਤਾਂ ਦੇ ਵਿੱਚ ਇਸ ਇਕਨੋਮੀ ਦੇ ਵਿੱਚ ਇਹ ਠੀਕ ਹੈ ਕਿ ਰਿਕਵਰੀ ਲਈ ਸਮਾਂ ਤਾਂ ਲੱਗੂਗਾ ਪਰ ਦੇਖ ਲਓ ਤੁਸੀਂ ਹਾਲੇ 24 ਘੰਟੇ ਨਹੀਂ ਹੋਏ ਤੇ ਵੱਡੀਆਂ ਕੰਪਨੀਆਂ ਦੇ ਆਲਰੇਡੀ ਬਿਆਨ ਆਉਣੇ ਸ਼ੁਰੂ ਹੋ ਗਏ ਕਿ ਅਸੀਂ ਆਲਟਰਨੇਟ ਓਨੀ ਦੇਰ ਲਈ ਲੱਭ ਰਹੇ ਹਾਂ ਕਿ ਅਸੀਂ ਆਪਦੇ ਡਿਸਟ੍ਰਿਬਿਊਸ਼ਨ ਕਿੱਥੇ ਲੈ ਕੇ ਜਾਈਏ ਫਿਰ ਟ੍ਰੈਫਿਕ ਦੇ ਇਸ਼ੂ ਨੇ ਜੀ ਕਿਉਂਕਿ ਤੁਸੀਂ ਮੈਂਸ਼ਨ ਕੀਤਾ ਕਿ ਇਹ ਜਿਹੜਾ ਹੈਗਾ ਬਾਲਟਿਮੋਰ ਇਹਦੇ ਤਕਰੀਬਨ ਹਾਫ ਅ ਮਿਲੀਅਨ ਤੋਂ ਉੱਪਰ ਪੋਪੂਲੇਸ਼ਨ ਹੈ ਜੀ ਦੇ ਮੇਰੀਲੈਂਡ ਦੀ 6 ਮਿਲੀਅਨ ਦੇ ਕਰੀ ਪੋਪੂਲੇਸ਼ਨ ਆ ਸੋ ਉਹਨਾਂ ਦੀ ਇਹ ਬੜੀ ਇੰਪੋਰਟੈਂਟ ਇੰਟਰਸਟੇਟਰ ਜਿਹੜਾ ਬ੍ਰਿਜ ਸੀਗਾ 4 ਲੇਨ ਦਾ I695 ਦੇ ਉੱਪਰ ਤੇ ਇਸ ਤੋਂ ਬਿਨਾ ਹੁਣ ਉਹਨਾਂ ਕੋਲੇ ਦੋ ਟਨਲ ਟਨਲਸ ਨੇ ਸੁਰੰਗਾ ਨੇ 1960 ਦੀ ਬਣੀ ਹੋਈ ਸੀਗੀ ਉਹ 1960 ਤੋਂ ਬਣ ਤੋਂ ਬਾਅਦ ਹੀ ਉਹਦੀ ਕੈਪੈਸਿਟੀ ਓਵਰ ਹੋਣ ਲੱਗੀ ਕਿ ਉਹਨੂੰ ਉਹ ਚੋਕ ਹੋਣ ਲੱਗੀ ਸੋ ਉਦੋਂ ਤਾਈਂ ਡਿਜ਼ਾਈਨ ਹੋ ਰਿਹਾ ਸੀ ਤੁਹਾਨੂੰ ਹੈਰਾਨੀ ਦੀ ਗੱਲ ਦੱਸਾਂ ਇਹ ਬ੍ਰਿਜ ਬਣਨ ਤੋਂ ਪਹਿਲਾਂ ਇੱਥੇ ਵੀ ਇਹਦੇ ਲਈ ਟਨਲ ਬਣਾਉਣ ਦੀ ਸੋਚਦੇ ਸੀਗੇ ਜੀ ਪਰ ਜਦੋਂ ਟਨਲ ਦੀ 1970 ਚ ਬੇੜਾਈ ਤਾਂ ਉਹ ਬੇੜ ਕਾਫੀ ਜ਼ਿਆਦਾ ਸੀਗੀ ਤੇ ਉਦੋਂ ਫਿਰ ਇੰਜੀਨੀਅਰਸ ਨੇ 1970 ਚ ਡਿਸਾਈਡ ਕੀਤਾ ਕਿ ਇੱਥੇ ਬ੍ਰਿਜ ਬਣਾਇਆ ਜਾਵੇ ਸਗੋਂ ਸੋ ਬ੍ਰਿਜ 1972 ਚ ਬਣਾਉਣਾ ਸ਼ੁਰੂ ਕੀਤਾ ਤੇ 23 ਮਾਰਚ 1970 ਨੂੰ ਖੋਲਿਆ ਸੀਗਾ ਸਾਡੇ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਮੇਰੀਆਂ ਬਹੁਤ ਇਹਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਮੈਦੇ ਤੋਂ ਕਿੰਨੀ ਵਾਰ ਲੰਘ ਕੇ ਆਪਦੀ ਡੈਲਾਵੇਅਰ ਸਟੇਟ ਜਾਂਦਾ ਸੀ ਅੱਜ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਵੀ ਮੈਂ ਧਰਤੀ ਤੇ ਸੁਰਗ ਤੇ ਮਿੱਟੀ ਦਾ ਇਕੱਠ ਕਰ ਦੂੰਗਾ ਇੰਗਲਿਸ਼ ਪੰਜਾਬੀ ਚ ਤਰਜਮਾ ਕਰਕੇ ਦੱਸਿਆ ਹੈਵਨ ਐਂਡ ਅਰਥ ਮੂਵ ਕਰ ਦੂੰਗਾ ਮੈਂ ਇਹਨੂੰ ਛੇਤੀ ਤੋਂ ਛੇਤੀ ਬਣਾਉਣ ਲਈ ਜੀ ਅੱਛਾ ਕਰੇਵਾਲ ਸਾਹਿਬ ਇਹ ਤਾਂ ਚਲੋ ਇੱਕ ਪੋਲਿਟਿਕਲ ਸਟੇਟਮੈਂਟ ਹੈ ਇਹਦੇ ਪਾਸੇ ਵੀ ਅਸੀਂ ਜਾਣਾ ਪਰ ਸਭ ਤੋਂ ਪਹਿਲਾਂ ਤੁਸੀਂ ਹੁਣ ਆਰਥਿਕ ਪੱਖ ਤੋਂ ਤਾਂ ਸਾਨੂੰ ਸਮਝਾਤਾ ਕਿ ਇਸ ਦਾ ਕਿਹੜੀ ਕਿਹੜੀ ਧਿਰ ਨੂੰ ਨੁਕਸਾਨ ਹੋ ਸਕਦਾ ਹੈ ਤੇ ਨਾਲ ਦੇ ਨਾਲ ਤੁਸੀਂ ਸਾਨੂੰ ਦੱਸਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਵੀ ਉੱਥੇ ਆ ਸਕਦੀ ਹੈ ਹੁਣ ਤੀਸਰਾ ਪੱਖ ਹੈ ਉਤੇ ਆਪਾਂ ਲੈ ਕੇ ਜਾਂਦੇ ਹਾਂ 22 ਦੇ ਕਰੀਬ ਤੁਸੀਂ ਕਿਹਾ ਕਿ ਕਰੂ ਮੈਂਬਰ ਜਹਾਜ਼ ਦੇ ਉੱਤੇ ਸਵਾਰ ਸੀ ਤੇ ਇਸ ਤੋਂ ਬਿਨਾ ਕਈ ਜਿਹੜੇ ਮਜ਼ਦੂਰ ਨੇ ਉੱਥੇ ਕੰਸਟਰਕਸ਼ਨ ਕਰ ਰਹੇ ਸੀ ਵਾਹਨ ਅਜੇ ਕੁਝ ਦੇਖਦੇ ਆ ਅਸੀਂ ਜਦੋਂ ਵੀਡੀਓਜ਼ ਦੇ ਵਿੱਚ ਆ ਰਿਹਾ ਤਾਂ ਜਦੋਂ ਜਹਾਜ਼ ਟਕਰਾਉਣ ਵਾਲਾ ਸੀ ਤਾਂ ਉਸ ਤੋਂ ਕੁਝ ਸੈਕਿੰਡ ਪਹਿਲਾਂ ਉਹਦੇ ਉੱਪਰੋਂ ਜਿਹੜਾ ਬ੍ਰਿਜ ਦੇ ਉੱਪਰੋਂ ਵਾਹਨ ਜਿਹੜੇ ਉਹ ਲੰਘ ਰਹੇ ਸੀਗੇ ਤਾਂ ਅਜੇ ਵੀ ਇਹ ਵੀ ਕਲੀਅਰ ਨਹੀਂ ਹਜੇ ਹੋ ਪਾਇਆ ਕਿ ਅਜੇ ਹੋਰ ਕੀ ਕੁਝ ਕੌਣ-ਕੌਣ ਉੱਥੇ ਨੁਕਸਾਨਿਆ ਗਿਆ ਕਿਹੜੇ-ਕਿਹੜੇ ਲੋਕ ਕੀ ਪਤਾ ਅਜੇ ਵੀ ਕੋਈ ਪਾਣੀ ਦੇ ਹੇਠ ਹੋਣਾ ਜਾਂ ਫਿਰ ਕਿੰਨੇ ਕ ਨੂੰ ਉੱਥੇ ਬਚਾ ਲਿਆ ਗਿਆ ਜਾਂ ਕਿੰਨੇ ਕ ਉੱਥੇ ਇਸ ਵੇਲੇ ਫਸੇ ਹੋਏ ਨੇ ਅਤੇ ਉੱਥੇ ਪਾਣੀ ਦਾ ਟੈਂਪਰੇਚਰ ਕੀ ਹੈ ਇਹ ਵੀ ਥੋੜਾ ਜਿਆਦਾ ਦੱਸਿਓ ਜੀ ਲੇਟੈਸਟ ਰਿਪੋਰਟ ਹੈ ਜੀ ਕਿ ਪੰਜ ਵਾਹਨ ਟੋਟਲ ਦਰਿਆ ਚ ਡਿਗੇ ਨੇ ਅੱਛਾ ਤੇ ਇਹ ਇਹਨਾਂ ਚੋਂ ਜ਼ਿਆਦਾਤਰ ਵਾਹਨ ਜਿਹੜੇ ਕੰਸਟਰਕਸ਼ਨ ਵਰਕਰਸ ਸੀਗੇ ਸ਼ਾਇਦ ਦੋ ਉਹਨਾਂ ਦੇ ਹੀ ਨੇ ਸੋ ਜਦੋਂ ਸ਼ਿਫਟ ਕਰਾਉਣ ਵਾਲਾ ਸੀਗਾ ਕਿਉਂਕਿ ਇਹਨਾਂ ਨੇ ਮੇਡੇ 22 ਮੈਂਬਰ ਦੇ ਕਰੂ ਨੇ ਪਹਿਲਾਂ ਮੇਡੇ ਡਿਕਲੇਅਰ ਕਰਤਾ ਸੀਗਾ ਜਿਹਦੀ ਪ੍ਰੈਜ਼ੀਡੈਂਟ ਬਾਈਡਨ ਨੇ ਵੈਸੇ ਸਲਾਹਤਾ ਕੀਤੀ ਕਿ ਉਹ ਹੀਰੋ ਨੇ ਕਿ ਜੇ ਉਹ ਇਹ ਨਹੀਂ ਹਿੰਮਤ ਨਾ ਕਰਦੇ ਇਹਨੇ ਮਿੰਟ ਪਹਿਲਾਂ ਤਾਂ ਪਤਾ ਨਹੀਂ ਕਿੰਨਾ ਕੁ ਵੱਡਾ ਡਿਸਾਸਟਰ ਹੋਣਾ ਸੀਗਾ ਖੁਸ਼ਕਿਸਮਤੀ ਵਾਲੀ ਗੱਲ ਨਾਲ ਦੀ ਨਾਲ ਇਹ ਸੀਗੀ ਜੀ ਜਿਨ੍ਹਾਂ ਦੀ ਕਿਸਮਤ ਚੰਗੀ ਹੈ ਉਹ ਇਹ ਕਿ ਜਿੰਨੀ ਵੀ ਟ੍ਰੈਫਿਕ ਸੀਗੀ ਉਹਨੂੰ ਲੋਕਲ ਕਰਿਊ ਨੇ ਉਹਨਾਂ ਨੂੰ ਸਟਾਪ ਕਰ ਲਿਆ ਸੀਗਾ ਇਸ ਵਾਰਨਿੰਗ ਨੂੰ ਤੇ ਇਸ ਅਲਾਰਮ ਨੂੰ ਸੁਣ ਕੇ ਮੇਲੇ ਤੋਂ ਬਾਅਦ ਤੇ ਉਹ ਜਿਹੜੀ ਅਨਾਉਂਸਮੈਂਟ ਅਲਾਰਮ ਤੇ ਸ਼ਿਪ ਦੇ ਜਿਹੜੇ ਹਾਰਨ ਵੱਜ ਗਏ ਸੀਗੇ ਸੋ ਗਾਂ ਕੀ ਹੋਇਆ ਕਿ ਜਿਹੜੇ ਪੰਜ ਵਹੀਕਲ ਵਿੱਚ ਡਿਗ ਪੇਜੀ ਉਹ ਪਾਣੀ ਚ ਡਿਗੇ ਨੇ ਪਾਣੀ ਦਾ ਟੈਂਪਰੇਚਰ ਹੈਗਾ ਤਕਰੀਬਨ 45 ਡਿਗਰੀ ਫਾਰਨਹਾਈਟ ਸਾਡੇ ਥੋੜੇ 9 ਡਿਗਰੀ ਸੈਂਟੀਗ੍ਰੇਡ ਬਣਦਾ ਸੋ ਜਦੋਂ ਪਾਣੀ ਦਾ ਟੈਂਪਰੇਚਰ ਤਾਪਮਨ 35 ਡਿਗਰੀ ਤੋਂ ਘੱਟ ਹੋਵੇ ਜੀ ਫਾਰਨਹਾਈਟ ਤਾਂ ਉਹਨੂੰ ਹਾਈਪਰਥਰਮੀਆ ਹੋ ਜਾਂਦਾ ਬਾਡੀ ਨੂੰ ਆਕਸੀਜਨ ਦੀ ਬਲੱਡ ਦੀ ਸਾਹ ਤਾਂ ਰੁਕਿਆ ਹੀ ਹੁੰਦਾ ਤੇ ਉਹ ਠੰਡੇ ਹਿੱਸੇ ਨਾਲ ਬ੍ਰੇਨ ਤੱਕ ਪਹੁੰਚਣ ਤੱਕ ਇੱਕ ਕਿਸਮ ਦਾ ਖੇਤੀ ਪਾਣੀ ਦਾ ਹਾਈਪਰਥਰਮੀਆ ਛੇਤੀ ਮਾਰ ਦਿੰਦਾ ਜੇ ਛੇਤੀ ਛੇਤੀ ਨਾ ਕੱਢਿਆ ਜਾਵੇ ਸੋ ਦੋ ਬੰਦੇ ਤਾਂ ਮੌਕੇ ਤੇ ਕਰ ਲਏ ਸੀਗੇ ਜੀ ਉਹਨਾਂ ਚੋਂ ਇੱਕ ਤਾਂ ਕਹਿੰਦਾ ਮੈਂ ਹਸਪੀਟਲ ਵੀ ਨਹੀਂ ਜਾਣਾ ਦੂਸਰੇ ਨੂੰ ਕਹਿੰਦੇ ਉਹਦੀ ਇੰਜਰੀਜ਼ ਦੇਖ ਕੇ ਪਰ ਉਹ ਛੇ ਬੰਦੇ ਜਿਹੜੇ ਨੇ ਜੀ ਇੱਕ ਤਾਂ ਉਹਨਾਂ ਦਾ ਹੁਣ ਇਹ ਖਾਤਸ਼ਾ ਕਿ ਉਹ ਛੇ ਦੀ ਸ਼ਾਇਦ ਹਮ ਬodies ਹੀ ਲੱਭਣ ਗਿਆ ਕਿਉਂਕਿ ਅੱਠ ਡਾਈਵਿੰਗ ਟੀਮ ਦੀ ਜਿਹੜੀ ਰੈਸਕਿਊ ਐਫਰਟ ਸੀਗੀ ਉਹਨੂੰ ਹੁਣ ਸਰਚ ਚ ਬਦਲਤਾ ਕਿ ਬੋਡੀ ਲੱਭਣਗੇ ਜਿਹੜੇ ਪੰਜ ਵਹੀਕਲ ਡਿਗੇ ਨੇ ਉਹਨਾਂ ਚੋਂ ਤਿੰਨ ਕਾਰਾਂ ਇੱਕ ਸੀਮਿੰਟ ਵਾਲਾ ਟਰੱਕ ਤੇ ਇੱਕ ਪ੍ਰੂ ਦਾ ਟਰੱਕ ਉਹ ਥੱਲੇ ਆ ਇਹਨਾਂ ਨੇ ਸੋਨਾਰ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਵਾਹिकल्स ਨੂੰ ਲੋਕੇਟ ਕੀਤਾ ਸੋਨਾਰ ਵਾਹਕਲ ਇੱਕ ਇਹ ਸੁਨਾਰ ਜਿਹੜਾ ਹੈਗਾ ਇਹ ਅਲਟਰਾ ਵਾਇਲਟ ਰੇਜ਼ ਜਾਂ ਰੇਡੀਓ ਵੇਵਸ ਨੇ ਜਿਹਦੇ ਨਾਲ ਲੱਭਦੇ ਨੇ ਹੀਟ ਸੈਂਸਰ ਵੇਵਸ ਦੇ ਨਾਲ ਰੇਡੀਓ ਵੇਵਸ ਨਾਲ ਤੇ ਹੁਣ ਅਗਲੀ ਕਾਰਵਾਈ ਇਹਨਾਂ ਲਈ ਇਹ ਹੈ ਜੀ ਕਿਉਂਕਿ ਉੱਥੇ ਮਲਬਾ ਬਹੁਤ ਉਹਦਾ ਬ੍ਰਿਜ ਦਾ ਵੀ ਮਲਬਾ ਸ਼ਿਪ ਦਾ ਮਲਬਾ ਤੇ ਹੋਰ ਜਿੰਨਾ ਵੀ ਮਲਬਾ ਉਹ 22 25 ਸੈਕਿੰਡ ਚ ਇੰਨੇ ਲੰਬੇ ਢਾਈ ਮੀਲ ਲਬੇ ਬ੍ਰਿਜ ਚੋਂ ਅੱਧੇ ਪੌਣੇ ਮੀਲ ਦਾ ਜਿਹੜਾ ਮਲਬਾ ਡਿੱਗਿਆ ਥੱਲੇ ਉਹਦੇ ਚੋਂ ਬੜੀ ਸੇਫਟੀ ਨਾਲ ਘੱਟ ਟੈਂਪਰੇਚਰ ਦਾ ਪਾਣੀ ਹੌਣ ਕਰਕੇ ਰੈਸਕਿਊ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੁਸ਼ਕਲ ਨਾਲ ਜਿਹੜੀ ਹੈਗੀ ਡੈਥ ਟੋਲ ਦੀ ਇਨਰੋਇੰਗ ਰੋਗੀ ਕਿ ਉਹ ਤਕਰੀਬਨ 6 ਬਾਡੀਜ਼ ਹੁਣ ਲੱਭਣ ਗਿਆ ਗਰੀਵਾਲ ਸਾਹਿਬ ਤੁਹਾਡੇ ਜਵਾਬ ਦੇ ਵਿੱਚੋਂ ਹੀ ਮੇਰਾ ਇੱਕ ਸਵਾਲ ਖੜਾ ਹੋਇਆ ਜੇ ਇੱਕ ਤਾਂ ਇਹ ਹੈ ਕਿ ਜਿਹੜੇ 22 ਭਾਰਤੀ ਮੂਲ ਦੇ ਜਿਹੜੇ ਕਰੂ ਮੈਂਬਰ ਉੱਥੇ ਸੀਗੇ ਜਹਾਜ਼ ਦੇ ਉੱਤੇ ਉਨਾ 10 ਫਲੀ ਪੋਜੀਸ਼ਨ ਕੀ ਹੈ ਤੇ ਦੂਸਰਾ ਇਹ ਹੈ ਕਿ ਜੇ ਉਥੇ ਬ੍ਰਿਜ ਦੀ ਲੰਬਾਈ ਕਾਫੀ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਤਾਂ ਉਥੋਂ ਗੱਡੀਆਂ ਨੂੰ ਰੋਕ ਜ਼ਰੂਰ ਦਿੱਤਾ ਗਿਆ ਸੀ ਵਾਹਨ ਨੂੰ ਰੋਕ ਜ਼ਰੂਰ ਦਿੱਤਾ ਗਿਆ ਸੀ ਤਾਂ ਜਿਹੜੀ 5 ਤੇ 5 ਤੋਂ 6 ਗੱਡੀਆਂ ਇਹ ਪਾਣੀ ਦੇ ਵਿੱਚ ਡਿੱਗੀਆਂ ਨੇ ਬ੍ਰਿਜ ਦੇ ਟੁੱਟਣ ਨਾਲ ਇਹ ਉਥੇ ਕਿਵੇਂ ਆ ਗਈਆਂ ਇੱਕ ਸਵਾਲ ਇਹ ਖੜਾ ਹੁੰਦਾ ਇਹ ਦੋਨਾਂ ਸਵਾਲਾਂ ਦਾ ਜਵਾਬ ਦਿਓ ਇੱਕ ਤਾਂ ਉਹ ਜਿਹੜੇ ਬਾਈ ਭਾਰਤੀ ਮੂਲ ਦੇ ਜਿਹੜੇ ਉਥੇ ਕਰੂ ਮੈਂਬਰ ਉਥੇ ਫਸ ਗਏ ਨੇ ਉਹ ਉਹਨਾਂ ਦਾ ਕੀ ਬਣਿਆ ਤੇ ਜਿਹੜੇ ਇਹ 5 ਤੋਂ 6 ਗੱਡੀਆਂ ਵਿੱਚ ਡਿੱਗੀਆਂ ਇਹਨਾਂ ਦਾ ਕਾਰਨ ਕੀ ਹੈ ਜਿਹੜੇ ਭਾਰਤੀ ক্রਿਊ ਨੇ ਜੀ ਆਮ ਤੌਰ ਤੇ ਸ਼ਿਪਿੰਗ ਇੰਡਸਟਰੀ ਚ ਸਾਰੀ ਦੁਨੀਆ ਚ ਮਸ਼ਹੂਰ ਨੇ ਜੀ ਤੇ ਇਹ ਕਾਫੀ ਕ੍ਰੈਡਿਟ ਲੈਂਦੇ ਨੇ ਮਿਹਨਤੀ ਹੋਣ ਦਾ ਤੇ ਸincere ਹੋਣ ਦਾ ਚਾਹੇ ਉਹ ਸੋਮਾਲੀਆ ਦੇ ਨਾਲ ਪਾਇਰੇਟਸ ਨਾਲ ਹੋਵੇ ਜਿਵੇਂ ਹੁਣ ਪਿਛਲੇ ਕੁ ਦੋ ਹਫਤੇ ਪਹਿਲਾਂ ਹੋ ਕੇ ਹਟਿਆ ਤੇ ਵੈਸੇ ਵੀ ਜਿਹੜੇ ਇੰਡੀਅਨ ক্রਿਊਜ਼ ਨੇ ਤੇ ਇਹਨਾਂ ਦੀ ਟ੍ਰੇਨਿੰਗ ਹੈ ਤੇ ਇਹਨਾਂ ਦਾ ਐਕਸਪੀਰੀਅੰਸ ਆ ਵਰਲਡਵਾਈਡ ਉਹ ਬੜਾ ਚੰਗਾ ਗਿਣਿਆ ਜਾਂਦਾ ਸੋ ਇਹਨਾਂ ਨੂੰ ਆਪਦੇ ਵੱਲੋਂ ਇਹਨਾਂ ਨੇ ਜੋ ਕਰ ਸਕਦੇ ਸੀ ਕੀਤਾ ਪਰ ਇਹ ਬੰਦੇ ਦੇ ਵੱਸ ਨਹੀਂ ਸੀ ਕਿਉਂਕਿ ਮਕੈਨੀਕਲ ਫੇਲਰ ਹੋਈ ਹੈ ਜੀ ਤੇ ਦੂਸਰਾ ਤੁਹਾਡਾ ਪਾਰਟ ਹੈਗਾ ਜਿਹੜਾ ਕੁਐਸਚਨ ਦਾ ਜੀ ਜਿਹੜੀ ਜਿਹੜੇ ਵਾਹਨ ਉੱਥੇ ਡਿੱਗੇ ਨੇ ਜੀ ਹਾਂ ਜੀ ਵਾਹਨ ਤੇ ਉਹਦਾ ਕਾਰਨ ਇਹ ਹੈ ਜੀ ਕਿ ਜਦੋਂ ਰਿਪੇਅਰ ਹੁੰਦੀਆਂ ਨੇ ਇੱਥੇ ਤਾਂ ਉਹਨਾਂ ਤੇ ਨਾ ਲਾਲ ਰੰਗ ਦੀਆਂ ਤਿਕੋਣਾ ਰੱਖ ਦਿੰਦੇ ਨੇ ਤੇ ਲਾਈਟਾਂ ਨਾਲ ਤੇ ਬੈਰੀਕੇਟ ਕਰ ਦਿੰਦੇ ਨੇ ਪਰ ਜਿਹੜੇ ਵਹੀਕਲ ਚਾਹੀਦੇ ਹੁੰਦੇ ਆ ਹੁਣ ਜਿਵੇਂ ਜੇ ਵੈਲਡਿੰਗ ਕਰਨੀ ਹੈ ਤਾਂ ਉਹਦਾ ਵੀ ਵਹੀਕਲ ਉੱਥੇ ਹੈ ਹੁਣੇ ਸੀਮੈਂਟ ਵਾਲਾ ਟਰੱਕ ਵੀ ਉੱਥੇ ਸੀਗਾ ਸੋ ਦੋ ਤਿੰਨ ਇਹ ਹੈ ਤੇ ਕੁਝ ਉਹਨਾਂ ਲਈ ਵਰਕਰਸ ਲਈ ਕਿਉਂਕਿ ਉਹਨਾਂ ਲਈ ਵੀ ਸੇਫਟੀ ਜ਼ਰੂਰੀ ਹੈ ਜੀ ਉਹਨਾਂ ਦੀ ਉੱਥੇ ਟਰਾਂਸਪੋਰਟ ਕਰਨੀ ਕਿਉਂਕਿ ਆਲੇ ਦੋਲੇ ਉਹ ਬ੍ਰਿਜ ਤੇ ਚੜਨ ਤੇ 10 ਮੀਲ ਦੀਆਂ ਲੰਬੀਆਂ ਸੜਕਾਂ ਹੋਰ ਨੇ ਜਿਹੜੀਆਂ ਉਹ ਬ੍ਰਿਜ ਦੇ 4 ਲੇਨ ਦੇ 4 ਲੇਨ ਦੇ ਸੜਕਾਂ ਦੇ ਨਾਲ ਜੁੜੀ ਹੋਈ ਹੈ ਸੋ ਇਹ ਮੋਸਟਲੀ ਵਾਹਨ ਜਿਹੜੇ ਉੱਥੇ ਬ੍ਰਿਜ ਤੇ ਮੌਜੂਦ ਸੀਗੇ ਉਹੀ ਨੇ ਜੀ ਜੀ ਗਰੀਵਾਲ ਸਾਹਿਬ ਜਾਂਦੇ ਜਾਂਦੇ ਸੀ ਇੱਕ ਦੋ ਸਵਾਲ ਲੈਣੇ ਨੇ ਇੱਕ ਸਵਾਲ ਤਾਂ ਇਹ ਹੈ ਕਿਉਂਕਿ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ ਰਿਸਰਚ ਕਰ ਰਿਹਾ ਸੀ ਤਾਂ ਬਹੁਤ ਸਾਰੇ ਆਰਟੀਕਲ ਸਾਡੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਵਿੱਚ ਕਿਹਾ ਜਾਂਦਾ ਕਿ ਜਦੋਂ ਜੋ ਬਾਈਡਨ ਆਉਂਦੇ ਨੇ ਜਦੋਂ ਸੱਤਾ 'ਚ ਆਉਂਦੇ ਨੇ ਤਾਂ ਉਸ ਤੋਂ ਪਹਿਲਾਂ ਇਹ ਵਾਅਦਾ ਕਰਕੇ ਆਉਂਦੇ ਨੇ ਕਿ ਜਿਹੜਿਆ ਵੀ ਇਨਫਰਾਸਟ੍ਰਕਚਰ ਸੀਗਾ ਅਸੀਂ ਉਸ ਨੂੰ ਹੋਰ ਮਜ਼ਬੂਤ ਕਰਾਂਗੇ ਉਤੇ ਉਤੇ ਅਸੀਂ ਜਿਹੜਾ ਲੋਕਾਂ ਦੇ ਖਜ਼ਾਨਾ ਹੈਗਾ ਜਾਂ ਸਰਕਾਰ ਦਾ ਖਜ਼ਾਨਾ ਉਸ ਨੂੰ ਅਸੀਂ ਵੱਤ ਵਤ ਸਪੈਂਡ ਕਰਾਂਗੇ ਤਾਂ ਉਹਦੇ ਤੇ ਵੱਤ ਵਤ ਪੈਸੇ ਖਰਚੇ ਜਾਣਗੇ ਇੱਕ ਦਾਵਾ ਸੀਗਾ ਪਰ ਉਸ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਸਾਡੇ ਸਾਹਮਣੇ ਆਉਂਦੀਆਂ ਨੇ ਉਹਦੇ ਵਿੱਚ ਇਹ ਹੈ ਕਿ ਜਿਹੜਾ ਹੋਰ ਪਾਸੇ ਸਰਕਾਰ ਦਾ ਧਿਆਨ ਤਾਂ ਬਹੁਤਾ ਸੀਗਾ ਦੂਸਰੇ ਮੁਲਕਾਂ 'ਚ ਕੀ ਹੋ ਰਿਹਾ ਜਾਂ ਸੈਨਿਕ ਕਾਰਵਾਈਆਂ ਆ ਜਾਂ ਫਿਰ ਜਿਹੜਾ ਉਥੋਂ ਦੀ ਡਿਫੈਂਸ ਹੈ ਉਹਦੇ ਤੇ ਤਾਂ ਪੈਸਾ ਵੱਧ ਤੋਂ ਵੱਧ ਖਰਚਿਆ ਜਾ ਰਿਹਾ ਸੀਗਾ ਕਿਹਾ ਜਾ ਰਿਹਾ ਕਿ ਇਹ ਜਿਹੜੇ ਇਨਫਰਾਸਟ੍ਰਕਚਰ ਨੇ ਜਾਂ ਜਿਹੜੇ ਇਮਾਰਤਾਂ ਨੇ ਬਿਲਡਿੰਗਾਂ ਨੇ ਜਿਹੜੀਆਂ ਬਹੁਤ ਸਾਲ ਪਹਿਲਾਂ ਬਣੀਆਂ ਹੋਈਆਂ ਨੇ ਉਹਨਾਂ ਉੱਤੇ ਪੈਸਾ ਨਹੀਂ ਖਰਚਿਆ ਜਾ ਰਿਹਾ ਇੱਕ ਇਹਦਾ ਜਵਾਬ ਤੁਸੀਂ ਕੀ ਦੇ ਦਿੰਦੇ ਹੋ ਤੇ ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਇਹ ਸੱਚਮੁੱਚ ਇਫੈਕਟ ਠੀਕ ਹੈ ਜਾਂ ਫਿਰ ਇਹ ਇਫੈਕਟ ਗਲਤ ਹੈ ਜੀ ਅਮਰੀਕਾ ਨੂੰ ਬਿਗ ਬ੍ਰਦਰ ਕਿਹਾ ਜਾਂਦਾ ਜੀ ਸਾਰੀ ਦੁਨੀਆ 'ਚ ਜੀ ਸਾਰੀ ਦੁਨੀਆ ਦੀਆਂ ਜਿਹੜੇ ਕਲਵਰਡ ਵਰਲਡ ਕੰਟਰੀਜ਼ ਲਾਈ ਇਹਨਾਂ ਨੇ ਏਡ ਦੇਣੀ ਹੁੰਦੀ ਐ ਤੇ ਇਹਨਾਂ ਨੇ ਨੈਟਵਰਕ ਕੰਟਰੀਬਿਊਟ ਕਰਨਾ ਹੁੰਦਾ ਅਫਰੀਕਾ ਇਹਨਾਂ ਤੇ ਬਹੁਤ ਸਾਰਾ ਡਿਪੈਂਡ ਕਰਦਾ ਤੁਹਾਨੂੰ ਤਾਂ ਇਹ ਨਹੀਂ ਪਤਾ ਜਿਹੜੇ ਸਾਡੀ ਉਮਰ ਦੇ ਲੋਕ ਨੇ ਉਹਨਾਂ ਨੂੰ ਪਤਾ ਕਿ ਕਿਸੇ ਵੇਲੇ ਅਮਰੀਕਾ ਭਾਰਤ ਚ ਵੀ ਸਾਨੂੰ ਸੋਇਆਬੀਨ ਭੇਜਦਾ ਹੁੰਦਾ ਸੀਗਾ ਤੇ ਸਾਨੂੰ ਔਇਲ ਭੇਜਦਾ ਹੁੰਦਾ ਸੀ ਸਕੂਲਾਂ ਚ ਅਸੀਂ ਦੁੱਧ ਹੱਥ ਨਾਲ ਹਿਲਾ ਕੇ ਪੀਂਦੇ ਹੁੰਦੇ ਸੀਗੇ ਹਰ ਇੱਕ ਸੈਚਰਡੇ ਨੂੰ ਸੋ ਅਮਰੀਕਾ ਦਾ ਜਿਹੜਾ ਇਹ ਰੋਲ ਹੈ ਜੀ वर्ल्ड वाइड ਇਹ ਬlesਟ ਨੇਸ਼ਨ ਹੈ ਇਹਨਾਂ ਕੋਲ ਰਿਸੋਰਸਸ ਬਹੁਤ ਨੇ ਜਿਹੜਾ ਵੀ ਇਹਨਾਂ ਨੇ ਕੰਮ ਕਰਨਾ ਇਨਫਰਾਸਟ੍ਰਕਚਰ ਨੂੰ ਪੂਰਾ ਬਣਾ ਕੇ 10 10 20 20 ਹਜ਼ਾਰ 40 40 ਹਜ਼ਾਰ ਦੇ ਏਕੜ ਦੇ ਫਾਰਮ ਨੇ ਜਿੱਥੇ ਮਸ਼ੀਨਰੀ ਹੈ ਇਹਨਾਂ ਦੇ ਜਦੋਂ ਪੋਲੀਟੀਕਲ ਇਹਦਾ ਜਿਹੜਾ ਹੈਗਾ ਆਸਪੈਕਟ ਹੋਏ ਆ ਜੀ ਕਿ ਐਡੀਆਂ ਵੱਡੀਆਂ ਟ੍ਰਿਲੀਅਨ ਡਾਲਰਸ ਦੇ ਬਜਟ ਵਾਲੀਆਂ ਗਵਰਨਮੈਂਟਸ ਜਦੋਂ ਰਨ ਕਰਦੀਆਂ ਨੇ ਆਪੋ ਆਪਣੇ ਪਲੇਟਫਾਰਮ ਲੈ ਕੇ ਆਉਂਦੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 트াম্প ਨੇ ਕਿਹਾ ਸੀਗਾ ਕਿ ਮੈਂ ਮੇਕ ਅਮਰੀਕਾ ਗ੍ਰੇਟ ਅਗੇਨ ਉਹਨਾਂ ਨੇ ਘਰ ਤੇ ਜਾਦੇ ਜ਼ੋਰ ਦੇਣਾ ਚਾਹਿਆ ਚਾਹੇ ਉਹ ਇਮੀਗ੍ਰੇਸ਼ਨ ਹੈ ਚਾਹੇ ਇਨਫਰਾਸਟ੍ਰਕਚਰਲ ਚਾਹੇ ਉਹ ਸਾਡੇ ਫਰੀਵੇਜ਼ ਨੇ ਚਾਹੇ ਬ੍ਰਿਜਸ ਨੇ ਤੇ ਚਾਹੇ ਸਾਡੀਆਂ ਬਿਲਡਿੰਗਸ ਨੇ ਚਾਹੇ ਫੈਡਰਲ ਗਵਰਨਮੈਂਟ ਦੀ ਆਫ ਦੀ ਇਨਫਰਾਸਟ੍ਰਕਚਰ ਉਹਨਾਂ ਦਾ ਜਿਹੜਾ ਲੋਗੋ ਹੈ ਉਹਦੇ ਚ ਉਹ ਜਿਹੜੀਆਂ ਅਮਰੀਕਨ ਕਾਰਪੋਰੇਸ਼ਨਸ ਨੇ ਉਹਨਾਂ ਦੇ ਲਈ ਜ਼ਿਆਦਾ ਫੰਡਿੰਗ ਤੇ ਜਿਆਦਾ ਟੈਕਸ ਕੱਟਸ ਲੈ ਕੇ ਆਉਣਾ ਚਾਹੁੰਦੇ ਆ ਤਾਂ ਕਿ ਅਸੀਂ ਹੋਰਾਂ ਕੰਟਰੀਜ਼ ਦੀ ਬਜਾਏ ਆਪਦੇ ਘਰੇ ਪੈਸਾ ਖਰਚੀਏ ਆਪਦੇ ਘਰੇ ਇਕਨੋਮੀ ਨੂੰ ਇੰਪਰੂਵ ਕਰੀਏ ਤੇ ਆਪਦੇ ਘਰ ਦੀ ਰੂਪਰੇਖਾ ਜਿਹੜੀ ਇਨਫਰਾਸਟ੍ਰਕਚਰ ਜਿਹੜੀ ਕਿ ਦੁਨੀਆ ਚ ਸਭ ਨਾਲੋਂ ਪਹਿਲਾਂ ਹੀ ਵੱਡੀ ਹੈ ਉਹਨੂੰ ਮੇਨਟੇਨ ਕਰਕੇ ਰੱਖੀਏ ਸੋ ਉਹਦੇ ਚ ਉਹ ਟੈਕਸ ਕੱਟ ਵੀ ਦਿੰਦੇ ਨੇ ਬਾਈਡਨ ਜਦੋਂ ਐਡਮਿਨਿਸਟ੍ਰੇਸ਼ਨ ਚਾਏ ਨੇ ਉਹ ਕੋਵਿਡ ਤੋਂ ਬਾਅਦ ਆਏ ਸੀਗੇ ਉਹਨਾਂ ਦੇ ਚੈਲੰਜਸ ਹੋਰ ਸੀਗੇ ਸੋ ਉਹ ਆਪਦੇ ਏਜੰਡੇ ਤੇ ਹੋ ਸਕਦਾ 인ਫਰਾਸਟ੍ਰਕਚਰ ਵਾਲੇ ਏਜੰਡੇ ਤੇ ਉਹ ਪੂਰੇ ਨਾ ਉਤਰੇ ਹੋਣ ਜੀ ਪਰ ਹਰ ਇੱਕ ਪ੍ਰੈਜ਼ੀਡੈਂਟ ਦੇ ਆਪਦੇ ਚੈਲੰਜੇਜ਼ ਨੇ ਤੇ ਪਾਰਟੀਆਂ ਦੇ ਆਪਦੇ ਏਜੰਡਾਸ ਨੇ ਦੇਖੋ ਹੁਣ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਦੋਂ 5 ਨਵੰਬਰ 2024 ਨੂੰ ਕੀ ਬਣਦਾ ਮੇਕ ਅਮਰੀਕਾ ਗ੍ਰੇਟ ਅਗੇਨ ਜਾਂ ਬਾਈਡਨ ਆਉਣਗੇ ਰਿਪਬਲਿਕਨ ਤੇ ਡੈਮੋਕ੍ਰੇਟਸ ਦੋਨਾਂ ਦਾ ਦੋਨੋ ਨੇ ਆਪਦੇ ਬੌਕਸਿੰਗ ਮੈਚ ਸ਼ੁਰੂ ਕਰਨ ਲਈ ਤਿਆਰੀ ਕੀਤੀ ਹੋਈ ਹੈ ਜੀ ਤੇ ਉਹ ਸਮਾਂ ਆ ਰਿਹਾ ਹੈ ਜਿਹੜੀਆਂ ਦੁਰਘਟਨਾਵਾਂ ਨੇ ਸੋ ਰੱਬ ਨਾ ਕਰੇ ਨਾ ਹੋਣ ਕਿਉਂਕਿ 911 ਤੋਂ ਬਾਅਦ ਇੰਨੀ ਵੱਡੀ ਸਟਰਕਚਰ ਦਾ ਇਸ ਤਰੀਕੇ ਨਾਲ ਡਿੱਗਣਾ ਪਹਿਲਾਂ ਇੱਕ ਹਾਦਸਾ ਸੀ ਕਿ ਕਿਤੇ ਇਹਦੇ ਵਿੱਚ ਕੋਈ ਟੈਰਰਿਜ਼ਮ ਤਾਂ ਨਹੀਂ ਇਨਵੋਲਡ ਪਰ ਨਹੀਂ ਜੀ ਇਹ ਕਲੀਅਰਲੀ ਇੱਕ ਮਕੈਨੀਕਲ ਫੇਲਰ ਦਾ ਐਕਟ ਤੇ ਸਾਡੀਆਂ ਦੁਆਵਾਂ ਤੇ ਸਾਡੀਆਂ ਉਹਨਾਂ ਜਿਹੜੀਆਂ ਜਾਨਾਂ ਚਲੀਆਂ ਗਈਆਂ ਤੇ ਛੇਤੀ ਉਹਨਾਂ ਬਾਕੀ ਦੇ ਨੂੰ ਲੱਭਣ ਸਾਡੀ ਸਾਰਿਆਂ ਦੀ ਅਰਦਾਸ ਵੀ ਇਹੀ ਹੈ ਗਰੇਵਾਲ ਸਾਹਿਬ ਜਾਂਦੇ ਜਾਂਦੇ ਆਖਰੀ ਟਿੱਪਣੀ ਤੁਸੀਂ ਕਰ ਦਿਓ ਉੱਥੋਂ ਦੇ ਗਵਰਨਰ ਸਾਹਿਬ ਨੇ ਜਿੱਦਾਂ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ ਤੇ ਕਦੋਂ ਤੱਕ ਇਹ ਜ਼ਿੰਦਗੀ ਮੁੜਨੀ ਤੱਕ ਅਲੀ ਤੇ ਆ ਸਕਦੀ ਹੈ ਕੀ ਤੁਹਾਨੂੰ ਲੱਗ ਰਿਹਾ ਕਿਉਂਕਿ ਇਸ ਵੇਲੇ ਜੋ ਇਹ ਸਥਿਤੀ ਬਣ ਗਈ ਹੈ ਲੱਗਦਾ ਹੈ ਕਿ ਇਸ ਤੋਂ ਨਿਕਲਣ ਲਈ ਅਮਰੀਕਾ ਨੂੰ ਬਹੁਤ ਸਮਾਂ ਲੱਗ ਜਾਏਗਾ ਇਹ ਜਿਹੜੀ ਇਨਫਰਾਸਟ੍ਰਕਚਰ ਜਦੋਂ 1900 ਇਹਨੇ ਉਹ 1972 ਤੋਂ 77 ਤੱਕ 5 ਸਾਲ ਲੱਗੇ ਸੀ ਜੀ ਇਹ ਠੀਕ ਹੈ ਇਹਨੂੰ ਹੁਣ ਛੇਤੀ ਤੋਂ ਛੇਤੀ 1 ਤੋਂ 2 ਸਾਲ ਚ ਬਣਾਉਣ ਦੀ ਕੋਸ਼ਿਸ਼ ਕਰਨਗੇ ਵੈਸ ਮੂਰ ਗਵਰਨਰ ਅੱਜ ਸਵੇਰੇ ਉੱਥੇ ਸਾਜਰੇ ਪਹੁੰਚ ਗਏ ਸੀ ਮੇਅਰ ਪਹੁੰਚ ਗਿਆ ਦੋਨੋਂ ਨੇ ਇੱਕ ਦੂਜੇ ਨੂੰ ਹੱਗ ਕੀਤੀ ਪ੍ਰੈਜ਼ੀਡੈਂਟ ਬਾਈਡਨ ਨੇ ਉਹਨਾਂ ਨੂੰ ਕੰਟੈਕਟ ਕੀਤਾ ਜਿਹੜਾ ਸਾਡਾ ਡਿਪਾਰਟਮੈਂਟ ਆਫ ਟਰਾਂਸਪੋਰਟ ਦਾ ਸਕੱਤਰ ਸਾਨੂੰ ਕਹਿ ਲੋ ਕਿ ਟਰਾਂਸਪੋਰਟੇਸ਼ਨ ਦਾ ਜਿਹੜਾ ਮਨਿਸਟਰ ਪੀਟ ਉਹਨਾਂ ਦਾ ਨਾਮ ਹੈਗਾ ਪੀਟ ਬੁੱਟੀ ਬੁੱਟੀ ਗੀਗ ਹੋ ਸਕਦਾ ਮੈਂ ਨਾਮ ਸਹੀ ਨਾ ਪ੍ਰੋਨਾਂਊਂਸ ਕੀਤਾ ਹੋਵੇ ਸੋ ਉਹ ਵਿਦਨ ਆਵਰਜ਼ ਉਹ ਤੇ ਪਹੁੰਚੇ ਨੇ ਸੋ ਸਭ ਦੀ ਪਲਜੇ ਹੈ ਕਿ ਇਹਨੂੰ ਛੇਤੀ ਤੋਂ ਛੇਤੀ ਬਣਾਇਆ ਜਾਊਗਾ ਜੀ ਤੇ ਹਾਲਾਤ ਨੋਰਮਲ ਕਰਨ ਲਈ ਕੋਈ ਨਾ ਕੋਈ ਹੱਲ ਲੱਭਣਗੇ ਆਲਰੇਡੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਟਰੱਕਾਂ ਲਈ ਅੱਗੇ ਮਨਾ ਸੀਗਾ ਟਨਲ ਚ ਜਾਣਾ ਸੋ ਉਹਦੇ ਲਈ ਕੰਪਨੀਆਂ ਨੇ ਆਲਰੇਡੀ ਆਵਦੇ ਮੂਵ ਹੋਣ ਦੀ ਸੋ ਇਹ ਜੇ ਵੇਲੇ ਔਕੇ ਵੇਲੇ ਸਾਰੇ ਜੁੜ ਕੇ ਉੰਦੇ ਜੀ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਤੁਸੀਂ ਸਮਾਂ ਕੱਢਿਆ ਫਿਰ ਦੁਬਾਰਾ ਕਿਸੇ ਮੁਲਾਕਾਤ ਦੇ ਵਿੱਚ ਏਸੇ ਜਿਹੜਾ ਜਹਾਜ਼ ਹਾਸਾ ਹੋਇਆ ਸਮੁੰਦਰ ਦੇ ਵਿੱਚ ਤਾਂ ਇਹਦੇ ਬਾਰੇ ਹੋਰ ਜਿਹੜੀਆਂ ਜਾਣਕਾਰੀਆਂ ਹੋਣਗੀਆਂ ਉਹ ਵੀ ਤੁਹਾਡੇ ਤੋਂ ਅਸੀਂ ਲੈਣ ਦੀ ਕੋਸ਼ਿਸ਼ਾਂ ਕਰਾਂਗੇ ਪ੍ਰਾਈਮੇਸ਼ੀਆ ਟੀਵੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਵੀਰ ਜੀ ਤੁਹਾਡਾ ਵੀ ਪਿਆਰ ਬਹੁਤ ਸਸ਼ਟਿਕਾ ਸਸ਼ਟਿਕਾ ਜੀ ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵਿਗਦ੍ਰੋ ਪ੍ਰਾਈ இத்துடன் இந்த செய்தி அறிக்கை நிறைவு பெற்றது